ਕੁਆਲਿਟੀ ਦੇਖੋ ਇਹਦੇ ਵੀ ਯਾਰ ਆਰਡਰ ਉਡਰ ਦੀਆਂ ਬਾਈ ਕੋਲ ਬਾਹਲੀਆਂ ਚੰਗੀਆਂ ਵਾ ਝੋਟੀਆਂ ਕਹਿੰਦੀਆਂ ਮੱਝਾਂ ਕਹਿੰਦੀਆਂ ਨਾ ਆਰਡਰ ਉਡਰ ਦੀਆਂ ਬਹੁਤ ਚੰਗੀਆਂ ਨੇ ਝੋਟੀਆਂ ਅਤੇ ਬੋਡੀ ਵੇਟ ਦੇ ਵੀ ਬਹੁਤ ਚੰਗੀਆਂ ਨੇ ਅੱਜ ਤੁਸੀਂ ਦੇਖ ਸਕਦੇ ਹੋ ਅਤੇ ਹਵਾਨਾ ਦੇਖੋ ਆਰਡਰ ਯਾਰ ਬਹੁਤ ਹੀ ਜ਼ਬਰਦਸਤ ਆਰਡਰ ਲੱਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਆਰਡਰ ਬੰਦੀ ਉਹ ਪੂਰੀ ਮਾਲਕਣ ਆਰਡਰ ਦੀ ਪੂਰੀ ਸਹੀ ਆ ਇਹਦਾ ਕੀ ਰਿਕਾਰਡ ਸੀਗਾ ਇਹਦਾ ਵੀ 1.5 ਲੱਖ ਰੁਪਏ ਮੰਗਿਆ ਸੀਗਾ 1.5 ਲੱਖ ਮੰਗਿਆ ਸੀਗਾ ਇਹ ਕਿੰਨੇ ਦੀ ਹੋ ਗਈ ਇਹ ਅਸੀਂ 1.23 ਦੀ ਦਿੱਤੀ ਹੈ ਜੀ 1.23 ਦੀ ਦਿੱਤੀ ਆ ਹਾਂਜੀ ਇਹਦਾ ਦੁੱਧ ਦਾ ਕੀ ਰਿਕਾਰਡ ਆ ਇਹ ਦੁੱਧ 16 ਲੀਟਰ ਪਲੱਸ 17 ਲੀਟਰ ਆਈ ਹੈ 17 ਠੀਕ ਆ ਉਹ ਵੀ ਮਿੱਤਰਾਂ ਕੋ ਸਾਨੂੰ ਗੂਰੀ ਮੱਝ ਤੋਰ ਕੇ ਦਿਖਾਉਣੇ ਆ ਤੇ ਦੇਖੋ ਫੇਸ ਕੁਆਲਿਟੀ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਤੇ ਸਿੰਗਾਂ ਦੀ ਕੁਆਲਿਟੀ ਦੇਖੋ ਤੋਰ ਦੇ ਵੀਰੇ ਲੰਬੀ ਜੀ ਤੇ ਬੋਡੀ ਵੇਟ ਦੀ ਮੱਝ ਤੁਸੀਂ ਦੇਖ ਸਕਦੇ ਹੋ ਤੇ ਹਵਾਨਾ ਦੇਖੋ ਆਰਡਰ ਯਾਰ ਬਹੁਤ ਹੀ ਜ਼ਬਰਦਸਤ ਆਰਡਰ ਲੱਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਆਰਡਰ ਬੰਦੀ ਉਹ ਪੂਰੀ ਮਾਲਕਣ ਆਰਡਰ ਦੀ ਪੂਰੀ ਸਕੀਨ ਆਰਡਰ ਦੀ ਪੂਰੀ ਦੇਖ ਸਕਦੇ ਹੋ ਤੁਸੀਂ ਪਿੱਠ ਪੁੱਠ ਦੀ ਵੀ ਬਹੁਤ ਖੁੱਲੀ ਆ ਬੂਰੀ ਮੱਝ ਤੇ ਦੇਖ ਸਕਦੇ ਹੋ ਤੇ ਫੇਸ ਕੁਆਲਿਟੀ ਦੇਖੋ ਬੋਡੀ ਵੇਟ ਦੀ ਮੱਝ ਦੇਖੋ ਦੇਖੋ ਥਣ ਥੁਣ ਦੇਖੋ ਕਿੰਨਾ ਵਧੀਆ ਲੱਗਿਆ ਹੋਇਆ ਮੋਟਾ ਮੋਟਾ ਥਣ ਲੱਗਿਆ ਹੋਇਆ ਤੇ ਆਰਡਰ ਉਡਰ ਦੇਖੋ ਯਾਰ ਆਰਡਰ ਬਹੁਤ ਵਧੀਆ ਲੱਗਿਆ ਹੋਇਆ ਆਰਡਰ ਬਹੁਤ ਸ਼ਾਨਦਾਰ ਆਰਡਰ ਲੱਗਿਆ ਹੋਇਆ ਬੋਡੀ ਵੇਟ ਦੀ ਬਹੁਤ ਵਧੀਆ ਮੱਝ ਆ ਪਰ ਤੁਰਿਆ ਨਹੀਂ ਜਾਂਦਾ ਮੱਝ ਤੋਂ ਪੂਰੀ ਚੰਗੀ ਮੱਝ ਆ ਗਈ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਜਿਹੜੀ ਆਪਾਂ ਮੱਝ ਤੋਰ ਕੇ ਦਿਖਾਈ ਆ ਬੂਰੀ ਇਹਦਾ ਕੀ ਡਿਟੇਲ ਆ ਠੀਕ ਆ ਬੱਚਾ ਮਗਰ ਕੀ ਆ ਮਗਰ ਘੱਟਾ ਵਾ ਕਿੰਨਾ ਲੀਟਰ ਦੁੱਧ ਦਊਗੀ ਹੁਣ 16 ਲੀਟਰ 17-18 ਕਰ ਚੁੱਕੀ 17-18 ਗਰੰਟੀ ਆ ਪੂਰੀ ਪੂਰੀ ਗਰੰਟੀ ਵੀਰੇ ਘਰੋਂ ਤਸੱਲੀ ਕਰਕੇ ਲੈ ਜਾ ਸਕਦਾ ਬੰਦਾ ਕਹਿੰਦੇ ਦੂਜੇ ਸੂਏ ਆ ਹੁਣ ਦੂਜੇ ਸੂਏ ਵੀਰੇ ਠੀਕ ਆ ਜੀ ਠੀਕ ਆ ਤੇ ਬਾਈ ਇਹ ਪਹਿਲੇ ਸੂਏ ਪਤਾ ਵੀ ਇਹਦਾ ਕਿੰਨਾ ਰਿਕਾਰਡ ਸੀਗਾ ਆਪਣੇ ਕੋਲ ਸੀ ਇਹ ਹਾਂ ਬਾਈ 14 ਲੀਟਰ ਸੀ ਆਪਣੇ ਘਰ ਦੀ ਆ ਜਾਂ ਲਈ ਹੋਈ ਆ ਘਰ ਦੀ ਮੈਂ ਵੀਰੇ ਆਪਣਾ ਕੰਮ ਵਪਾਰ ਦਾ ਜਾਂ ਵਪਾਰ ਦਾ ਕੰਮ ਆ ਠੀਕ ਆ ਬਾਈ ਠੀਕ ਆ ਅੱਜ ਕਿੰਨੇ ਪਸ਼ੂ ਲੈ ਕੇ ਆਏ ਹੋ ਆ 4 ਲੈ ਕੇ ਆਏ ਬਾਈ ਅਸੀਂ ਠੀਕ ਆ ਜੀ 4 ਪਸ਼ੂ ਲੈ ਕੇ ਆਏ ਹੋ ਠੀਕ ਆ ਹੋਇਆ ਕੋਈ ਸੇਲ ਕਿ ਨਹੀਂ ਬਸ ਹੋ ਜੂ ਸੇਲ ਇਹਨੂੰ ਕਰਤੇ ਸੇਲਾਂ ਦੇ ਵਖਰੇ ਠੀਕ ਆ ਠੀਕ ਆ ਠੀਕ ਆ ਠੀਕ ਆ ਗਵਾਲੀਅਰ ਤੋਂ ਆਏ ਸਾਡਾ ਰਾਮਪੁਰਾ ਫੂਲ ਸ਼ਹਿਰ ਜੀ ਰਾਮਪੁਰਾ ਸੂਰ ਕਾਲ ਠੀਕ ਆ ਖਾਸ ਹੀ ਰਾਮਪੁਰਾ ਫੂਲ ਤੇ ਇਹ ਬੂਰੀ ਮੱਝ ਦੇ ਕੀ ਵੀਰੇ ਮੁੱਲ ਕਰਿਆਗਾ ਮੁੱਲ ਦੇ 1.40 ਕੀਤਾ ਸੀ ਜਿਹਨੂੰ 1.17 ਦੀ ਦੇ ਦਿੱਤੀ ਜਾਣੀ ਇਹਨਾਂ ਨੇ 1.17 ਦੀ ਹੋ ਗਈ ਡੀਲ ਪੂਰੀ ਜਾਣੀ ਵਿਕ ਗਿਆ ਮਾਲ ਸਾਰਾ ਵਿਕਿਆ ਹੋਇਆ ਹੁਣ ਜਿੰਨਾ ਹੈਗਾ ਵਿਕਿਆ ਲਿਆ ਹੋਇਆ ਜਾਣੀ ਸਾਰਾ ਲਿਆ ਹੋਇਆ ਮਾਲ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਆ ਮੈਂ ਖੁੱਲ ਕੇ ਤੁਰ ਗਈ ਸੀ ਠੀਕ ਆ ਬਾਈ ਤੇ ਇਹਨੇ ਕੱਟਾ ਦਿੱਤਾ ਹਨਾ ਅੱਜ ਹੀ ਸੂਈ ਆ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ 4 ਹੀ ਮੱਝ ਦੋਗੇ ਤੇ ਲਓ ਮਿੱਤਰੋ ਇਹ ਮਾਲ ਸਾਰਾ 4 ਵਿਕਿਆ ਆ ਜਾਣੀ ਹਨਾ ਤੇ ਗਵਾਲੀਅਰ ਤੇ ਲਿਆ ਬੰਦੇ ਨੇ ਆਹ ਬੰਦੇ ਨੇ ਤੇ ਆਹ ਮੀਣੀ ਮੱਝ ਤੁਸੀਂ ਦੇਖ ਸਿੰਘ ਹਿਲਦੇ ਇਹਦੇ ਸਿੰਘ ਨਹੀਂ ਹਿਲਦੇ ਤੇ ਮੀਣੀ ਮੱਝ ਤੁਸੀਂ ਦੇਖ ਸਕਦੇ ਹੋ ਤੇ ਹਵਾਨਾ ਹੁਣ ਨਾ ਦੇਖੋ ਕਰਾਂ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਤੇ ਬੋਡੀ ਵੇਟ ਦੀ ਮੱਝ ਦੇਖੋ ਕਰਾਂ ਤੇ ਸਿੰਘਾਂ ਦੀ ਕੁਆਲਿਟੀ ਦੇਖੋ ਸਿੰਘਾਂ ਦੀ ਫੇਸ ਕੁਆਲਿਟੀ ਦੇਖ ਸਕਦੇ ਹੋ ਸਿੰਘਾਂ ਦੀ ਫੇਸ ਕੁਆਲਿਟੀ ਦੇਖ ਸਕਦੇ ਹੋ ਤੇ ਮੀਣੀ ਆ ਗਈ ਸਿੰਘ ਨਹੀਂ ਇਹਦੇ ਹਿਲਦੇ ਪੁੱਛਦੇ ਆ ਬਾਈ ਤੋਂ ਕੀ ਰਿਕਾਰਡ ਹੈ ਇਹਦਾ ਵੀ ਤੇ ਬਾਈ ਜਿਹੜੀ ਆਹ ਮੱਝ ਆ ਇਹਦਾ ਕੀ ਰਿਕਾਰਡ ਆ ਦੁੱਧ ਦਾ ਇਹ ਵੀ ਹਜੇ ਗੱਭਣ ਇਹ 16 ਲੀਟਰ ਦੁੱਧ ਤਿਆਰ ਕਰ ਦੂਗੀ ਯਾਨੀ 16 ਕਰ ਦੂਗੀ ਕਹਿੰਦਾ ਸੂਆ ਦਾ ਦੀ ਕੱਚੀ ਹੈ ਇਹ ਤੀਸਰੇ ਸੂਏ ਤੀਸਰੇ ਸੂਏ 7 ਦਿਨਾਂ ਦੀ ਕੱਚੀ ਆ 7 ਦਿਨਾਂ ਦੀ ਕੱਚੀ ਠੀਕ ਆ ਸੱਤ ਦਿਨ ਵੀਰੇ ਇਹਦਾ ਮੁੱਲ ਕੀ ਕਰਿਆ ਸੀਗਾ ਇਹਦਾ ਮੁੱਲ ਅਸੀਂ 1.17 ਕੀਤਾ ਸੀ 1 ਲੱਖ ਰੁਪਏ ਸੇਲ ਕਰਤੀ ਪੂਰੇ 1 ਲੱਖ ਦੀ ਕਰਤੀ ਹਾਂਜੀ ਹਾਂਜੀ ਇਹ ਵੀ ਸੇਲ ਕਰਤੀ ਠੀਕ ਆ ਇਹ ਕਰਦੀਆਂ ਸੀ ਸਾਰੇ ਜਾਂ ਆਪਾਂ ਕਰਦੀਆਂ ਵੀ ਅਸੀਂ ਆਪਣੀਆਂ ਸਾਰੇ 4 ਉਧਰ ਹੋ ਖੜੀਆਂ ਵੀਰੇ ਆਪਣੀਆਂ ਠੀਕ ਆ ਜਾਨੀ 4 ਦੀ ਹਾਂ ਆ ਮੈਂ ਦੇਖੋ ਆ 17 ਦੀ ਹੋਈ ਆ ਲਓ ਮਿੱਤਰੋ ਆ ਦੇਖੋ ਆ ਕੁੰਡੇ ਸਿੰਘ ਦੇ ਫੇਸ ਕੁਆਲਿਟੀ ਇਹਦੀ ਵੀ ਦੇਖ ਸਕਦੇ ਹੋ ਮਾਲ ਬਾਈ ਵਿਕਿਆ ਹੋਇਆ ਸਾਰਾ ਇਹ ਤੇ ਤੁਹਾਨੂੰ ਇੱਕ ਨੌਲਜ ਦੀ ਦਿਖਾ ਰਹੇ ਆ ਮਾਲ ਤੇ ਦੇਖੋ ਕਿ ਥਣ ਹਵਾਨਾ ਇਹਦਾ ਵੀ ਦੇਖ ਸਕਦੇ ਹੋ ਤੁਸੀਂ ਤੇ ਬੋਡੀ ਵੇਟ ਦੀ ਮੱਝ ਦੇਖੋ ਤੇ ਫੇਸ ਕੁਆਲਿਟੀ ਸੀ ਕੁੰਡੇ ਸਿੰਘਾਂ ਦੀ ਆ ਸਿੰਘ ਵੱਡੇ ਹੋ ਕੇ ਮੁੜੇ ਹੋਏ ਨੇ ਥੋੜ੍ਹੇ ਜਿਹੇ ਤੇ ਕੁੰਡੇ ਸਿੰਘਾਂ ਦੀ ਆ ਤੇ ਬੋਡੀ ਵੇਟ ਦੀ ਮੱਝ ਦੇਖੋ ਇਹ ਵੀ ਪਿੱਠ ਪੁੜੇ ਦੇ ਆ ਸਾਰੀਆਂ ਮੱਝਾਂ ਖੁੱਲੀਆਂ ਨੇ ਯਾਰ ਪੂਰੀਆਂ ਸ਼ਾਨਦਾਰ ਮੱਝਾਂ ਨੇ ਪਿੱਠ ਪੁੜੇ ਬਹੁਤ ਵਧੀਆ ਲੱਗੇ ਹੋਏ ਨੇ ਸਾਰੀਆਂ ਨੂੰ ਤੇ ਵੀਰੇ ਜਿਹੜਾ ਆਹ ਮੱਝ ਤੋਰ ਕੇ ਦਿਖਾਈ ਆ ਇਹਦਾ ਕੀ ਰਿਕਾਰਡ ਸੀਗਾ ਇਹਦਾ ਵੀਰੇ 1.5 ਲੱਖ ਰੁਪਏ ਮੰਗਿਆ ਸੀਗਾ 1.5 ਲੱਖ ਮੰਗਿਆ ਸੀਗਾ ਇਹ ਕਿੰਨੇ ਦੀ ਹੋ ਗਈ ਇਹ ਅਸੀਂ 1.23 ਦੀ ਦਿੱਤੀ ਹੈ ਜੀ 1.23 ਦੀ ਦਿੱਤੀ ਆ ਹਾਂਜੀ ਹਾਂਜੀ ਇਹਦਾ ਦੁੱਧ ਦਾ ਕੀ ਰਿਕਾਰਡ ਆ ਇਹ ਦੁੱਧ 16 ਲੀਟਰ ਪਲੱਸ 17 ਲੀਟਰ ਆਈ ਹੈ 17 ਠੀਕ ਆ ਇਹ ਸੂਈ ਹੋਈ ਆ ਹਾਂਜੀ ਹਾਂਜੀ ਕਿੰਨੇ ਦਿਨ ਹੋ ਗਏ ਆਹ ਦਿੱਤਾ ਜਾਂ ਬੱਚੇ ਨਾੜੂ ਨਾਲ ਇਹ 4 ਦਿਨ ਹੋਏ ਸੀ 4 ਦਿਨ ਹੋਏ ਆ ਠੀਕ ਆ ਕਹਿਵਾ ਸੂਆ ਇਹ
ਤੀਜਾ ਸੂ ਆ ਇਹ ਵੀ ਠੀਕ ਆ ਜੀ ਠੀਕ ਆ ਤੇ ਇੱਕ ਆ ਚੌਥੀ ਮੱਝ ਦੇਖ ਲਓ ਬਾਈ ਸਾਰੀਆਂ ਸੇਲ ਹੋਈਆਂ ਨੇ ਬਾਈ ਦੀਆਂ ਤੇ ਇਹਦੀ ਵੀ ਫੇਸ ਕੁਆਲਿਟੀ ਦੇਖੋ ਕਰਾ ਹਾਂ ਉਹ ਵੀ ਹੋ ਗਈ ਤੇ ਬਾਡੀ ਵੇਟ ਇਹਦਾ ਵੀ ਦੇਖੋ ਕਰਾ ਕੁਆਲਿਟੀ ਦੇਖੋ ਇਹਦੇ ਵੀ ਯਾਰ ਆਰਡਰ ਉਰਡਰ ਦੀਆਂ ਬਾਈ ਕੋਲ ਬਾਹਲੀਆਂ ਚੰਗੀਆਂ ਝੋਟੀਆਂ ਕਹਿੰਦੀਆਂ ਮੱਝਾਂ ਕਹਿੰਦੀਆਂ ਨਾ ਆਰਡਰ ਉਰਡਰ ਦੇ ਬਹੁਤ ਚੰਗੀਆਂ ਨੇ ਝੋਟੀਆਂ ਅਤੇ ਬਾਡੀ ਵੇਟ ਦੇ ਵੀ ਬਹੁਤ ਚੰਗੀਆਂ ਨੇ ਅਤੇ ਇਹਦਾ ਵੀ ਦੇਖੋ ਆਰਡਰ ਉਰਡਰ ਥਾਂ 'ਤੇ ਹੁਣ ਇਹਦਾ ਵੀ ਬਹੁਤ ਪਿੱਛੇ ਲੱਗਿਆ ਹੋਇਆ ਬਹੁਤ ਵਧੀਆ ਥਾਂ ਲੱਗਿਆ ਹੋਇਆ ਇਹਨੂੰ ਵੀ ਅਤੇ ਦੇਖ ਸਕਦੇ ਹੋ ਅਤੇ ਬਾਈ ਜਿਹੜੀ ਆਹ ਮੱਝ ਤੋਰ ਕੇ ਦਿਖਾਈ ਆ ਇਹ ਮੈਂ ਤਾਂ 160 ਮੰਗਿਆ ਜੀ ਵੀਰੇ ਆਪਾਂ 160 ਮੰਗਿਆ ਸੀਗਾ ਇਹ ਕਿੰਨੇ ਦੀ ਹੋ ਗਈ ਇਹ ਮੈਂ ਆਪਦੀ ਕੋਲ ਦਿੱਤੀ ਸੀ ਦਵਾਈ ਆਪਾਂ ਬਾਹਰੋਂ ਵੀ ਆਪਾਂ ਡੀਲਿੰਗ ਦਾ ਕੰਮ ਵੀ ਕਰ ਰਹੇ ਹਾਂ ਠੀਕ ਆ ਇਹ ਬੰਦੇ ਆਪਣੇ ਘਰ ਪਰ ਜੇ ਇਦਾਂ ਵੀ ਕੰਮ ਆ ਡੀਲਿੰਗ ਦਾ ਵੀ ਕੰਮ ਕਰ ਲੈ ਠੀਕ ਆ ਇਹ ਅਸੀਂ 132 ਦਵਾਈ ਆ 132 ਦਵਾਈ ਆ 160 ਸੀਗਾ ਮੰਗ ਇੱਕ 62 ਮੰਗਦਾ ਸੀਗਾ ਇੱਕ 62 ਮੰਗਦੇ ਸੀਗੇ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਕੱਟੀ ਆ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਹੈਗਾ ਇਹਨੂੰ 11 ਦਿਨ ਹੋ ਗਏ ਸੀ 11 ਦਿਨ ਹੋ ਗਏ ਸੂਈ ਨੂੰ ਕਿਵੇਂ ਸੂਆ ਇਹ ਦੂਜੇ ਸੂਈ ਇਹ ਦੂਜੇ ਦੁੱਧੇ ਦਾ ਹੈਗਾ ਜੀ ਵਪਾਰ ਦਾ ਕੰਮ ਵੀ ਕਰਦੇ ਠੀਕ ਆ ਦਲਵਾ ਵੀ ਦਿੰਦੇ ਆ ਘਰੇ ਵੀ ਹੁੰਦੀਆਂ ਨੇ ਆਪਣੇ ਮੱਝਾਂ ਘਰੇ ਵੀ ਹੁੰਦੀਆਂ ਨੇ ਠੀਕ ਆ ਬਾਈ ਠੀਕ ਆ ਜੀ 4 ਲੈ ਕੇ ਆਉਂਦੀਆਂ ਸੀਗੀਆਂ ਨਾ ਨਾ 8 ਲੈ ਕੇ ਆਉਂਦੀਆਂ 8 ਲੈ ਕੇ ਆਉਂਦੇ 4 ਸੇਲ ਹੋ ਗਈਆਂ ਯਾਨੀ 4 ਰਹਿ ਗਈਆਂ ਹਾਂਜੀ ਹਾਂਜੀ ਬਾਈ ਠੀਕ ਆ ਬਾਈ ਠੀਕ ਆ ਤੇ ਬਾਈ ਅੱਜ ਮਾਹੌਲ ਕਿਵੇਂ ਆ ਮੰਡੀ ਦਾ ਮਾਹੌਲ ਬਾਜ਼ਾਰ ਮੰਦੀ ਹੈ ਵੀਰੇ ਅੱਜ ਮੰਦਾ ਆ ਬਾਜ਼ਾਰ ਪਸ਼ੂ ਮਾਲ ਕਿੰਨਾ ਕਾ ਆ ਬਸ ਠੀਕ ਠਾਕ ਜੀ ਹੈ ਪਸ਼ੂ ਵੀ ਘੱਟ ਆ ਹਨਾ ਗਾਹਕ ਵੀ ਘੱਟ ਆ ਇੱਥੇ ਹਨਾ ਗਾਹਕ ਨਾ ਕੋਈ ਕਣਕ ਦਾ ਆ ਗਿਆ ਵਿੱਚ ਕਣਕ ਦਾ ਉਹਦੇ ਕਰਨੀ ਹੈ ਇਹ ਸਰ ਉਹਦੇ ਕਰਕੇ ਮੰਦਾ ਗਾ ਹਨਾ ਹਾਂਜੀ ਹਾਂਜੀ ਤੇ ਬਾਈ ਆਪਾਂ ਐਡਰੈਸ ਪੂਰਾ ਪ੍ਰੋਪਰ ਦੱਸੋ ਵੀ ਆਪਣਾ ਸ਼ਹਿਰ ਦਾ ਰਾਮਪੁਰਾ ਫੂਲ ਆ ਗਿਆ ਡਿਸਟ੍ਰਿਕਟ ਬਠਿੰਡਾ ਜੀ ਠੀਕ ਆ ਜੀ ਸ਼ਹਿਰ ਰਾਮਪੁਰਾ ਫੂਲ ਆ ਠੀਕ ਆ ਜੀ ਤੇ ਨੰਬਰ ਆਪਣਾ ਕਿੰਨਾ 99 140 8 6 4 1 6 ਇੱਕ ਵਾਰੀ ਪੰਜਾਬੀ ਜੀ ਰਿਪੀਟ ਕਰ ਦੋ 99 140 86 416 ਠੀਕ ਆ ਤੇ ਬਾਈ ਜੇ ਕਿਸੇ ਵੀਰ ਭਾਈ ਨੇ ਆਪਣੇ ਘਰੇ ਰੱਖਣ ਲਈ ਮੱਝਾਂ ਲੈਣੀਆਂ ਹੁਣ ਪੂਰੀ ਗਰੰਟੀ ਵਾਲੀਆਂ ਕਰਕੇ ਦੋ ਡੰਗ ਚਾਰ ਡੰਗ ਚੋਕੀ ਵੀ ਲੈ ਸਕਦਾ ਮੱਝਾਂ ਆਪਣੇ ਕੋਲ ਮਾਲ ਉੱਚੇ ਮੁੱਲ ਦੀਆਂ ਹੁੰਦੀਆਂ ਜਾਂ ਹੁੰਦੇ ਠੀਕ ਠਾਕ ਹੁੰਦੀਆਂ ਨੇ ਆਪਣੇ ਕੋਲ ਇਹੀ ਮਹੀਆਂ ਹੁੰਦੀਆਂ ਵੀਰੇ ਲੱਖ ਤੋਂ ਉੱਪਰ ਲੱਖ ਤੋਂ ਉੱਪਰ ਹੀ ਹੁੰਦੀਆਂ ਹਾਂਜੀ ਹਾਂਜੀ ਦੁੱਧ ਦਾ ਰਿਕਾਰਡ 14-15 ਪਲੱਸ ਹੁੰਦੀ ਕਿਉਂ ਆਪਾਂ ਵੱਡੀ ਮੈਂ ਹੀ ਲੈਣੇ ਵੀਰੇ ਠੀਕ ਆ ਨਾਰਮਲ ਮੱਝ ਨਹੀਂ ਹੁੰਦੀ ਨਾਰਮਲ ਮੱਝ ਨਹੀਂ ਲੈਂਦੀ ਠੀਕ ਆ ਬਾਈ ਠੀਕ ਆ ਤੁਹਾਨੂੰ ਪਤਾ 60-70 ਦੀ ਵੀ ਹੁੰਦੀ ਪਰ ਆਪਾਂ ਵੱਡੀ ਮੈਂ ਲੈ ਕੇ ਆਈਆਂ ਠੀਕ ਆ ਯਾਨੀ ਉੱਚੇ ਮੁੱਲ ਦੇ ਲੈਣੇ ਹੋ ਚੰਗੇ ਰਿਕਾਰਡ ਵਾਲੀਆਂ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਧੰਨਵਾਦ ਬਾਈ ਆਹ ਬਾਈ ਨੇ ਲਈਆਂ ਨੇ ਮੱਝਾਂ ਹੁਣ ਵੀਰੇ ਗਵਾਲੀਅਰ ਤੇ ਵੀ ਲੋਮਣੀ ਇਹ ਗਵਾਲੀਅਰ ਤੋਂ ਆਏ ਨੇ ਤੁਸੀਂ ਗਵਾਲੀਅਰ ਤੋਂ ਆਏ ਹੋ ਗਵਾਲੀਅਰ ਸ਼ਹਿਰ ਠੀਕ ਆ ਜੀ ਇਹ ਕਿਹੜੀ ਕਿਹੜੀ ਮੰਡੀ ਤੇ ਪਹੁੰਚਦੇ ਹੋ ਕੌਣ ਸੀ ਮੰਡੀ ਪਰ ਆਤੇ ਹੋ ਸਾਰੀ ਮੰਡੀਆਂ ਮੈਂ ਜਾਤੇ ਹੂੰ ਦਨੌਲਾ ਪਰ ਖੰਨੇ ਜਾਤੇ ਹੋ ਖੰਨਾ ਮੰਡੀ ਜਾਤੇ ਹੈ ਰਾਮਪੁਰਾ ਫੂਲ ਮੋੜ ਮੇ ਸਭੀ ਜਾਤੇ ਹੋ ਡੱਬਲ ਵੀ ਜਾਤੇ ਹੋ ਆਜ ਆਪਣੇ ਮਾਲ ਕਿਤਨੇ ਪੈਸੋ ਕਲੀਆ ਅਭੀ ਤੋ 4 ਲੀਏ ਅਭੀ ਔਰ ਲੈਣਾ ਹੈ ਕਿਤਨਾ ਲੈਣਾ ਹੈ 8-10 ਵੇਸ ਲੈਣੀ ਹੈ ਆਪਕਾ ਗਵਾਲੀਅਰ ਮੇ ਕੌਣ ਵਪਾਰ ਕਾ ਕਾਮ ਆ ਲੱਗਾ ਆਪਣਾ ਤਾਂ ਦੂਧ ਕਾ ਕਾਮ ਦੂਧ ਕਾ ਡੈਰੀ ਕਾ ਕਾਮ ਆ ਡੈਰੀ ਕਾ ਘਰ ਵਾਸਤੇ ਲਈ ਹੈ ਘਰ ਵਾਸਤੇ ਲਈ ਠੀਕ ਹੈ ਜਾਨੀ 8 ਪਸ਼ੂ ਲੈਣੇ ਕਿਤਨੇ ਲੈਣੇ 8 ਪਸ਼ੂ ਲੈਣੇ 8 ਲੈਣੇ 4 ਲੈ ਲਈਏ 4 ਲੈ ਲਈਏ ਇਹ ਗਾੜੀ ਲੈਣੀ ਜਾਏਗੀ ਇਹ ਗਾੜੀ ਜਾਏਗੀ ਇੱਕ ਗਾੜੀ ਜਾਏਗੀ ਠੀਕ ਆ ਕਿਵੇਂ ਲੱਗਿਆ ਮਾਲ ਲੈ ਕੇ ਵਧੀਆ ਠੀਕ ਭਾਜ ਮਿਲ ਗਿਆ ਪੂਰਾ ਗਰੰਟੀ ਨਾਲ ਲਿਆਗਾ ਠੀਕ ਆ ਨੰਬਰ ਬੋਲਦੇ ਆਪਣਾ ਮਾੜਾ ਜਿਹਾ ਕਿੰਨਾ 62-63 62-63 29-81-55 ਪੰਜਾਬੀ 'ਚ ਬੋਲ ਯਾਰ ਹੌਲੀ ਪੰਜਾਬੀ 'ਚ ਬੋਲ ਨਾ ਇੰਗਲਿਸ਼ 'ਚ ਬੋਲਦੇ ਜਾ ਕਈ ਵਾਰ ਬੰਦਿਆਂ ਨੂੰ 62 ਹਾਂ 62 63 63 29 29 81 55 ਠੀਕ ਆ ਕਈ ਵਾਰ ਬੰਦਿਆਂ ਨੂੰ ਸਮਝ ਨਹੀਂ ਨਾ ਆਉਂਦੀ ਹੈਗੀ ਆਪਾਂ ਨੂੰ ਆ ਜਾਂਦੀ ਹੋਰ ਬੰਦਿਆਂ ਨੂੰ ਸਮਝ ਨਹੀਂ ਆਉਂਦੀ ਹੈਗੀ ਤੇ ਲਓ ਮਿੱਤਰੋ ਗਵਾਲੀਅਰ ਦੇ ਬੰਦੇ ਨੇ ਲਈਆਂ ਨੇ 4 ਮੱਝਾਂ ਲੈਣੀਆਂ ਤੇ 8 ਬਾਈ ਕਹਿੰਦਾ ਪੂਰੀ ਗੱਡੀ ਲੈਣੀ 8-9 ਗੱਡੀ 8-9 ਮੱਝਾਂ ਦੀ ਗੱਡੀ ਭਰਨੀ ਆ ਪੂਰੀ ਤੇ ਉੱਧਰ ਦੇ ਬਾਈ ਕਹਿੰਦਾ ਡੈਰੀ ਦਾ ਕੰਮ ਆ ਬਾਈ ਉਹਨਾਂ ਦਾ ਤੇ ਚੈੱਕ ਕਰ ਸਕਦੇ ਵੀ 4 ਮੱਝਾਂ ਓਕੇ ਜੀ